ਰਿਐਲਿਟੀ ਚੈੱਕ ਨੂੰ ਲੈ ਕੇ ਲਗਾਤਾਰ ਤਸਵੀਰਾਂ ਮੰਡੀਆਂ ਦੀਆਂ ਦਿਖਾਉਂਦਾ ਰਿਹਾ ਨਿਊਜ਼ 18 ਉਸੇ ਤਰੀਕੇ ਦੇ ਨਾਲ ਇਸ ਵਕਤ ਅੱਜ ਮੌਜੂਦ ਆ ਤਰਨ ਤਰਨ ਵਿਧਾਨ ਸਭਾ ਹਲਕਾ ਪੱਟੀ ਦੇ ਵਿੱਚ ਜਿੱਥੇ ਕੈਰੋਂ ਦੀ ਦਾਣਾ ਮੰਡੀ ਦੇ ਵਿੱਚ ਔਰ ਰਾਤ ਨੂੰ ਜਿਹੜੇ ਨੇ ਲਾਲਜੀਤ ਸਿੰਘ ਭੁੱਲਰ ਹੋਣੀ ਸਾਨੂੰ ਮੰਤਰੀ ਨੇ ਜਿਹੜੇ ਜੇਲ੍ਹ ਮੰਤਰੀ ਔਰ ਟਰਾਂਸਪੋਰਟ ਮੰਤਰੀ ਖੁਦ ਸਿਵਲ ਡਰੈਸ ਵਿੱਚ ਅੱਜ ਇੱਥੇ ਰਾਤ ਨੂੰ ਮਿਲ ਗਏ ਨੇ ਔਰ ਕਿਸਾਨਾਂ ਦੀਆਂ ਜਿਹੜੀਆਂ ਨੇ ਮੁਸ਼ਕਲਾਂ ਲਗਾਤਾਰ ਸੁਣ ਰਹੇ ਨੇ ਕਿਸ ਤਰੀਕੇ ਦੇ ਨਾਲ ਅੱਜ ਸਿਵਲ ਡਰੈਸ ਦੇ ਵਿੱਚ ਪਹਿਲਾਂ ਤਾਂ ਇਹ ਦੱਸੋ ਕਿ ਰਾਤ ਨੂੰ ਤੁਸੀਂ ਨਿਕਲੇ ਹੋ ਰਾਤ ਨੂੰ ਕਿੰਨੀਆਂ ਮੰਡੀਆਂ ਚੈੱਕ ਹੁੰਦੀਆਂ ਫਿਰ ਡੇਲੀ ਰਾਤ ਨੂੰ ਵੇਖੋ ਪੱਟੀ ਮੰਡੀ ਤੇ ਮੇਰਾ ਘਰ ਆ ਮੇਰੀ ਆਪਦੀ ਆੜਤ ਆਪਦਾ ਪਰਿਵਾਰ ਆਪਦੇ ਸਾਰੇ ਮੇਰੇ ਪੱਲੇਦਾਰ ਮੇਰੇ ਕਿਸਾਨ ਵੀਰ ਪੱਟੀ ਮੰਡੀ ਤੇ ਮੈਂ ਤਕਰੀਬਨ ਹੀ ਜਾਂਦਾ ਰਹਿੰਦਾ ਇੱਥੇ ਕਾਰੋ ਮੰਡੀ ਦੇ ਵਿੱਚ ਅੱਜ ਸ਼ਿਕਾਇਤ ਕੀਤੀ ਸੀ ਆੜਤੀਆਂ ਨੇ ਵੀ ਜਿਹੜਾ ਇੱਥੇ ਛੇਲਰ ਵਾਲਾ ਲਿੰਕੇਜ ਜਿਹੜਾ ਛੇਲਰ ਹੋਇਆ ਲੋਕਲ ਉਹ ਕੀ ਕਰਦਾ ਆ ਆਪਦੇ ਕਿਸਾਨਾਂ ਦਾ ਮਾਲ ਤੇ ਸਟਾਈ ਜਾਂਦਾ ਤੇ ਮੰਡੀ ਚੋਂ ਇੱਕ ਵੀ ਬੋਰੀ ਨਹੀਂ ਉਹਨੇ ਚੁੱਕੀ ਅੱਜ ਉਹਦਾ ਛੇਲਰ ਜਿਹੜਾ ਉਹਨੂੰ ਕੱਟ ਕਰਤਾ ਹੈ ਮੰਡੀ ਨੂੰ ਕੱਲ੍ਹ ਨੂੰ ਨਵੇਂ ਛੇਲਰ ਨੂੰ ਲਿੰਕੇਜ ਕਰ ਦਾਂਗੇ ਤੇ ਜਿਹੜੀ ਲਿਫਟਿੰਗ ਆ ਪੂਰੇ ਜ਼ੋਰਾਂ ਨਾਲ ਚੱਲੂਗੀ ਪੱਟੀ ਮੰਡੀ ਦੀਆਂ ਜਿੰਨੀਆਂ ਪੱਟੀ ਹਲਕੇ ਦੀਆਂ ਜਿੰਨੀਆਂ ਮੰਡੀਆਂ ਉਹਨਾਂ 'ਚ ਬੜੀ ਵਧੀਆ ਲਿਫਟਿੰਗ ਚੱਲਦੀ ਪਈ ਆ ਜਿੰਨੇ ਵੀ ਪਰਚੇਜ ਹੋਈ ਅੱਜ ਤੱਕ 75% ਤੋਂ ਵੱਧ ਲਿਫਟਿੰਗ ਹੋ ਚੁੱਕੀ ਆ ਬਾਕੀ ਜਿਹੜੀ ਨਾਲ ਨਾਲ ਹੀ ਪਰਚੇਜ ਹੋਈ ਜਾਂਦੀ ਆ ਨਾਲ ਨਾਲ ਹੀ ਭਰਾਈ ਹੋਈ ਜਾਂਦੀ ਆ ਨਾਲੋਂ ਨਾਲ ਲਿਫਟਿੰਗ ਹੋਈ ਜਾਂਦੀ ਆ ਬਾਕੀ ਅਗਲੇ ਜਿਹੜਾ ਆਉਣ ਦਾ ਮਕਸਦ ਹੈ ਨਾ ਸਵੇਰੇ ਕਿਸਾਨ ਰਾਤ ਨੂੰ ਰਾਖੀ ਕਰਦਾ ਆਪਦੀ ਢੇਰੀ ਦੀ ਸਵੇਰੇ ਕਿਸਾਨ ਜਾਂ ਤੇ ਆਪਦੇ ਖੇਤ ਨੂੰ ਚਲ ਜਾਂਦਾ ਆਪਦੇ ਪੱਠਿਆਂ ਨੂੰ ਪਾਣੀ ਲਾਉਣਾ ਹੁੰਦਾ ਜਾਂ ਬਾਸਮਤੀ ਨੂੰ ਪਾਣੀ ਲਾਉਣਾ ਹੁੰਦਾ ਜਾਂ ਪਸ਼ੂਆਂ ਲਈ ਪੱਠੇ ਹਰਿਆ ਚਾਰਾ ਵੱਢਣਾ ਹੁੰਦਾ ਪਸ਼ੂਆਂ ਨੂੰ ਪੱਠੇ ਪਾਉਣੇ ਹੁੰਦੇ ਆ ਜਾਂ ਆਪਦੇ ਬੱਚਿਆਂ ਦੇ ਸਕੂਲੇ ਜਾਣਾ ਜਾਂ ਕਿਸੇ ਦੇ ਕੰਬਾਈਨ ਲੱਗੀ ਆ ਉਹਨੇ ਆਪਦੀ ਫਸਲ ਕੱਟ ਕੇ ਮੰਡੀ 'ਚ ਲੈ ਕੇ ਆਉਣੀ ਹੁੰਦੀ ਆ ਐਵੇਂ ਜਦੋਂ ਸ਼ਾਮਾਂ ਪੈ ਜਾਂਦੀਆਂ ਰਾਤ ਹੋ ਜਾਂਦੀ ਆ ਸਾਰੇ ਭਰਾ ਆਪਦੀ ਫਸਲ ਦੇ ਉੱਤੇ ਰਾਖੀ ਕਰਨ ਲਈ ਆ ਜਾਂਦੇ ਜਾਂ ਕੋਈ ਤੋਲ ਲਵਾਉਣ ਲਈ ਆ ਜਾਂਦਾ 100 ਦੇ 100 ਦੇ ਜਾਤਿਆਂ ਨਾਲ ਇੱਕ ਆੜਤ ਦੇ ਉੱਤੇ ਤੇ 100 ਦਾ 100 ਹੀ ਆਪਦੀ ਇੱਥੇ ਰਾਖੀ ਕਰਨ ਕਿਸਾਨ ਤੇ ਜ਼ਰੂਰ ਮੰਡੀ 'ਚ ਹੁੰਦੇ ਹੁੰਦੇ ਨੇ ਕੀ ਲੱਗਦਾ ਨਹੀਂ ਕਿ ਰਾਤ ਨੂੰ ਕਈ ਵਾਰ ਚੈੱਕ ਨਹੀਂ ਭੇਜ ਜਾਂਦੀ ਕਿ ਆੜਤੀ ਆ ਜਾਂ ਸ਼ੈਲਰ ਵਾਲਾ ਕੋਈ ਕੰਮ ਕਰ ਰਿਹਾ ਜਾਂ ਨਹੀਂ ਕਰ ਰਿਹਾ ਦੇਖੋ ਜਿਹੜੇ ਆੜਤੀ ਆ ਸਾਡੇ ਪੱਲੇਦਾਰ ਮਜ਼ਦੂਰ ਭਰਾ ਆ ਉਹ ਤਾਂ ਰਾਤ ਨੂੰ ਇੱਕ ਇੱਕ 1:30 ਵਜੇ ਤੱਕ ਭਰਾਈ ਕਰਦੇ ਆ ਬਾਕੀ ਜਿਹੜੀ ਲਿਫਟਿੰਗ ਆ ਛੇਲਰਾਂ ਵਾਲੇ ਇਹ ਤੇ ਦੇਖੋ ਸਵੇਰੇ ਤੜਕੇ ਤੋਂ ਲੈ ਕੇ ਸੂਰਜ ਢਲਣ ਤੱਕ ਇਦਾਂ ਛੇਲਰਾਂ ਦੇ ਵਿੱਚ ਮਾਲ ਲਾਉਣਾ ਹੁੰਦਾ ਕਿਉਂਕਿ ਜਿਹੜੀ ਲੇਬਰ ਆ ਉਹਨਾਂ ਨੇ ਟਾਈਮ ਸੀਮਾ ਸਮਾਂ ਤੈਅ ਕੀਤਾ ਹੁੰਦਾ ਮੰਡੀਆਂ ਦੇ ਵਿੱਚ ਤਾਂ ਰਾਤ ਨੂੰ ਕੰਮ ਚੱਲਦਾ ਰਹਿੰਦਾ ਕਿਉਂਕਿ ਫਸਲ ਜਿਹੜੀ ਆ ਉਹ 10-12 ਦਿਨਾਂ ਦੇ ਵਿੱਚ ਕੱਟੀ ਜਾਂਦੀ ਆ ਤੇ 10-12 ਦਿਨਾਂ ਦੇ ਵਿੱਚ ਜੇ ਆਪਾਂ ਸਾਰੇ ਪੰਜਾਬ ਦੀ ਫਸਲ ਕਹੀਏ ਮੰਡੀਆਂ ਦੇ ਵਿੱਚ ਜਿਹੜੀ ਤੋਲਣੀ ਆ ਉਹ ਤਾਂ ਫਿਰ ਤਾਂ ਹੀ ਤੁੱਲੂਗੀ ਦਿਨ ਰਾਤ ਕੰਮ ਚੱਲੂ ਤੇ ਬਿਲਕੁਲ ਅੱਜ ਸੰਯੁਕਤ ਕਿਸਾਨ ਮੋਰਚਾ ਜਿਹੜਾ ਲਗਾਤਾਰ ਸੜਕਾਂ ਤੇ ਰਿਹਾ ਹਾਈਵੇ ਜਾਮ ਕੀਤੇ ਰਹੇ ਕਿ ਜਿਹੜੀ ਇਹ ਲਿਫਟਿੰਗ ਨਹੀਂ ਹੋ ਰਹੀ ਲੇਕਿਨ ਪੱਟੀ ਵਿਧਾਨ ਸਭਾ ਹਲਕੇ ਦੇ ਵਿੱਚ ਲਿਫਟਿੰਗ ਦੇ ਪੂਰਾ ਚੱਲ ਰਿਹਾ ਕਿ ਲੱਗਦਾ ਕਿ ਪੰਜਾਬ ਦੇ ਵਿੱਚ ਵੀ ਇਸ ਤਰੀਕੇ ਦੇ ਨਾਲ ਕਿਤੇ ਨਾ ਕਿਤੇ ਕੋਈ ਆਫੀਸ਼ੀਅਲ ਮਿਸਟੇਕ ਆਪਾਂ ਕਹਿ ਸਕਦੇ ਹਾਂ ਕਿ ਕਿਸੇ ਨਾਲ ਦਿੱਕਤ ਹੋ ਰਹੀ ਕਿ ਜਿਹੜਾ ਕਿਸਾਨ ਸੜਕਾਂ ਤੇ ਨੇ ਨਹੀਂ ਨਹੀਂ ਪੱਟੀ ਹਲਕੇ ਦੇ ਵਿੱਚ ਬੜੀ ਵਧੀਆ ਵਧੀਆ ਲਿਫਟਿੰਗ ਚੱਲਦੀ ਪਈ ਆ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਾਰੇ ਛੇਲਰਾਂ ਵਾਲਿਆਂ ਦਾ ਜਿਹੜੇ ਪੱਟੀ ਹਲਕੇ ਦੇ ਵਿੱਚ ਬੜੇ ਵਧੀਆ ਢੰਗ ਨਾਲ ਲਿਫਟਿੰਗ ਕਰਦੇ ਪਏ ਆ ਜਿਹੜੇ ਮੰਡੀਆਂ ਚੋਂ ਐ ਧੜਾ ਧੜ ਬੋਰੀਆਂ ਚੁੱਕ ਚੁੱਕ ਕੇ ਲਈ ਜਾਂਦੇ ਆ ਬਾਕੀ ਪੰਜਾਬ 'ਚ ਵੀ ਲਿਫਟਿੰਗ ਜਿਹੜੀ ਇਹ ਬੜੀ ਵਧੀਆ ਚੱਲਦੀ ਪਈ ਆ ਜਿਹੜੇ ਵਿਰੋਧੀ ਉਹਨਾਂ ਦਾ ਕੰਮ ਹੁੰਦਾ ਵਿਰੋਧ ਕਰਨਾ ਪ੍ਰੋਪੋਗੰਡੇ ਕਰਨਾ ਜਿਹੜਾ ਕਿਸਾਨ ਆ ਉਹ ਖੁਸ਼ ਆ ਉਹਨੂੰ ਕੋਈ ਗੱਲ ਨਹੀਂ ਸਿਰਫ ਜਿਹੜੇ ਵਿਰੋਧੀ ਆ ਉਹ ਰੌਲਾ ਰੱਪਾ ਪਾਉਂਦੇ ਆ ਵੇਖੋ ਮੈਂ ਆਪ ਇਹੋ ਕਾਰੋਬਾਰ 35 ਸਾਲਾਂ ਤੋਂ ਕਰਦਾ ਛੋਟੇ ਹੁੰਦਿਆਂ ਤੋਂ ਖੇਤੀ ਕਰਨੇ ਸਾਡੇ ਪਿਓ ਦਾਦੇ ਖੇਤੀ ਕਰਦੇ ਆ ਪੁਰਾਣਾ ਆੜਤ ਦਾ ਕੰਮ ਆ ਵੇਖੋ ਤੁਸੀਂ ਪ੍ਰੈਸ ਵਾਲੇ ਜੇ ਤੁਹਾਨੂੰ ਵੀ ਪਤਾ ਹੋਣਾ ਤੁਸੀਂ ਵੀ ਖਬਰਾਂ ਕਰਦੇ ਰਹੇ ਹੋਗੇ ਪੁਰਾਣੀਆਂ ਸਰਕਾਰਾਂ ਦੇ ਵੇਲੇ 2022 ਤੋਂ ਪਹਿਲਾਂ ਚੱਲ ਜਾਓ ਤੇ ਪਿਛਲਾ ਰਿਕਾਰਡ ਚੈੱਕ ਕਰ ਲਓ ਅਖਬਾਰਾਂ ਦੀਆਂ ਕੱਢੀਆਂ ਕੱਢ ਲਓ ਪੇ ਮਾਗ ਤੱਕ ਮੰਡੀਆਂ ਦੇ ਵਿੱਚ ਚੱਕੇ ਲੱਗੇ ਰਹਿੰਦੇ ਸੀ ਲੋਹੜੀ ਮਾਘੀ ਲੋਕ ਮੰਡੀਆਂ ਦੇ ਵਿੱਚ ਵਹਿੰਦੇ ਹੁੰਦੇ ਸੀ ਚੱਕੇ ਲੱਗੇ ਰਹਿਣੇ ਆੜਤੀਆਂ ਦਾ ਤੇ ਮਜ਼ਦੂਰਾਂ ਦਾ ਕਿਸਾਨਾਂ ਤੇ ਲਾ ਕੇ ਚੱਲ ਜਾਣਾ ਆੜਤੀਆਂ ਦੇ ਮਜ਼ਦੂਰਾਂ ਨੇ ਰਾਖੀ ਕਰਦੇ ਰਹਿਣਾ 3-3, 4-4 ਕਿਲੋ ਤੋੜਾ ਸੁੱਕ ਜਾਣਾ ਕੁਇੰਟਲ ਦੀ 10-10, 12-12 ਕਿਲੋ ਕੋਈ ਦੀਵਾਲੀ ਵਿੱਚ ਮਨਾਉਂਦੇ ਰਹੇ ਬਿਲਕੁਲ ਲੋਕਾਂ ਨਹੀਂ ਦੀਵਾਲੀ ਤੇ ਇਹ ਨਹੀਂ ਇੱਥੇ ਹੀ ਮਨਾਈ ਆ ਦੀਵਾਲੀ ਤੇ ਲੰਘ ਗਈ ਆ ਦੀਵਾਲੀ ਤੋਂ ਪਹਿਲਾਂ ਆ ਜਾਂਦੀ ਆ ਦੀਵਾਲੀ ਤੇ ਇੱਥੇ ਮਨਾਉਣੀ ਆ ਜਿਹੜੀ ਲੋਹੜੀ ਆ ਲੋਹੜੀ ਆਉਂਦੀ ਜਨਵਰੀ 'ਚ ਜਾ ਕੇ ਤੇ ਅਜੇ ਚੱਲਣ ਦਿਆ 10ਵਾਂ ਮਹੀਨਾ 10ਵਾਂ 11ਵਾਂ 12ਵਾਂ ਬਾਅਦ ਚੋਂ ਨਹੀਂ ਦੀਵਾਲੀ ਕਈ ਕਹਿੰਦੇ ਨਾ ਦੀਵਾਲੀ ਵੀ ਇੱਥੇ ਮਨਾਉਂਦੇ ਰਹੇ ਕਿਸਾਨ ਮੰਡੀਆਂ 'ਚ ਨਹੀਂ ਦੀਵਾਲੀ ਤੇ ਮਨਾਉਣੀ ਇੱਥੇ ਹੈ ਨਾ ਦੀਵਾਲੀ ਤੇ ਝੋਨਾ ਹੁੰਦਾ ਇੱਥੇ ਮੰਡੀ 'ਚ ਆ ਦੀਵਾਲੀ ਤੇ ਆੜਤੀ ਵੀ ਖੁਸ਼ੀ ਨਾਲ ਇੱਥੇ ਦੀਵੇ ਜਗਾਉਂਦੇ ਆਪਦਿਆਂ ਫੜਾਂ ਤੇ ਮਜ਼ਦੂਰ ਵੀ ਦੀਵੇ ਜਗਾਉਂਦੇ ਆ ਆਤਿਸ਼ਬਾਜ਼ੀ ਕਰਦੇ ਆ ਕਿਸਾਨ ਵੀ ਇੱਥੇ ਖੁਸ਼ੀਆਂ ਮਨਾਉਂਦੇ ਆ ਬਾਕੀ ਦੇਖੋ ਅੱਜ 10ਵਾਂ ਮਹੀਨਾ ਚੱਲਦਾ ਪਿਆ ਅਜੇ 11ਵਾਂ 12ਵਾਂ ਪੂਰਾ ਫਿਰ ਜਾ ਕੇ ਜਨਵਰੀ ਪਹਿਲਾ ਮਹੀਨਾ ਦਾ ਵੀ 2.5 ਮਹੀਨੇ 3 ਮਹੀਨੇ
अपने हुण आम आदमी पार्टी की सरकार नो पुरानियां सरकारां च वध लगदे रहे आ। हुण ते बड़ा सौखा हो गया सरदार भगवंत सिंह मान नूं श्री अरविंद केजरीवाल जी नूं पता आ मजदूरां दीआं किसानां दीआं ते आड़तीआं दीआं शीलर वालिआं दीआं मुश्किलां दा, उन्हां सारीआं मुश्किलां नूं हल करन लई वेले नाल लिफ्टिंग शुरू कराती आ, वेले नाल बोरियां मिलदीआं, वेले नाल परचेज हुंदी आ। आ हुण इत्थे सारे किसान खलोते आ, इहनां नूं वी पता आ, जाण के भावें कोई कही जावे वी नहीं जी इवें नहीं, पिछलीआं सरकारां दे वेले इत्थे 20-20 दिन किसानां नूं बहिणा पैंदा ਸੀ। ਉਹਦੇ ਬਾਅਦ ਆੜਤੀਏ ਦੇ ਮਜ਼ਦੂਰ 3-3 ਮਹੀਨੇ 4-4 ਮਹੀਨੇ ਰਾਖੀ ਕਰਦੇ ਰਹੇ ਕਿਸਾਨ ਤੇ ਮਜ਼ਦੂਰ ਤੇ ਆੜਤੀਏ, ਤੇ 4-4 3-3 ਕਿਲੋ ਤੋੜੇ ਨੂੰ ਸ਼ੋਰਟੇਜ ਆਉਂਦੀ ਰਹੀ ਆ। ਆ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ, ਨਾ ਕਿਸੇ ਨੂੰ ਕੋਈ ਸ਼ੋਰਟੇਜ ਆਈ ਆ, ਨਾ ਕਿਸੇ ਨੂੰ ਰਾਖੀ ਕਰਨੀ ਪਈ ਆ, ਨਾ ਕਿਸੇ ਨੂੰ ਕਿਸੇ ਨਾਲ ਲੜਾਈ ਝਗੜਾ ਕਰਨਾ ਪਿਆ। ਨਹੀਂ ਤੇ ਰਾਤ ਨੂੰ ਬੋਰੀਆਂ ਦੀ ਚੋਰੀ ਹੁੰਦੀ ਸੀ ਤੇ ਮਜ਼ਦੂਰਾਂ ਵਿਚਾਰਿਆਂ ਨੇ ਲੜਾਈਆਂ ਝਗੜੇ ਕਰਦੇ ਫਿਰਨਾ, ਮਾਲ ਚੋਰੀ ਹੋਣਾ ਮਜ਼ਦੂਰਾਂ ਨੂੰ ਪੈ ਜਾਣਾ। ਜਿਹੜਾ ਮਾਲ ਚੋਰੀ ਹੋਣਾ ਨਾ ਹੋਣਾ ਤੇ ਇੱਕ ਸਰਕਾਰ ਦਾ ਤੇ ਪਿਆ ਰਹਿਣਾ ਮੰਡੀ ਚ, ਜਦੋਂ ਚੋਰੀ ਹੋਈ ਨਾ ਵਿਚਾਰਾ ਮਜ਼ਦੂਰਾਂ ਨੂੰ ਪੈ ਜਾਣੇ ਵੀ ਅੱਜ ਤੇਰੇ ਜਿਹੜੇ 20 ਤੋੜੇ ਚੋਰੀ ਹੋਏ ਤੂੰ ਭਰਨੇ ਆ, ਬੜਾ ਨੁਕਸਾਨ ਹੁੰਦਾ ਰਿਹਾ। ਬਿਲਕੁਲ, ਕਾਲੀ ਦੀਵਾਲੀ ਦਾ ਜ਼ਿਕਰ ਕਰਦੇ ਸੀ ਕਿਸਾਨ, ਜਿਵੇਂ ਅੱਜ ਸੜਕਾਂ ਤੇ ਬੈਠੇ ਸੀ ਉਹ ਲਗਾਤਾਰ ਕਹੀ ਜਾਂਦੇ ਸੀ ਕਿ ਕਾਲੀ ਦੀਵਾਲੀ ਜਿਹੜੀ ਆ ਅਸੀਂ ਮਨਾ ਰਹੇ ਆ, ਰੇਟ ਨਹੀਂ ਸਹੀ ਮਿਲ ਰਿਹਾ, ਸਰਕਾਰ ਨਾਲ ਮੀਟਿੰਗਾਂ ਵੀ ਤੈਅ ਹੋਈਆਂ, ਉਸ ਨੂੰ ਲੈ ਕੇ ਆਪਾਂ ਗੱਲ ਕੀਤੀ ਸੀ ਕਿ ਕਾਲੀ ਦੀਵਾਲੀ ਦੀ ਗੱਲ ਕਰਦੇ, ਉਸ ਨੂੰ ਕੀ ਕਹਿਣਾ ਚਾਹੁੰਦੇ? ਵੇਖੋ, ਕਿਸਾਨ ਸੁੱਕਾ ਝੋਨਾ ਵਢਾ ਕੇ ਲਿਆਵੇ 17% ਮੁਕਤਰ ਵਾਲਾ, ਜਿਹਦਾ ਕਿਸੇ ਦਾ 1.54 ਵੀ ਰੇਟ ਘੱਟ ਲੱਗੂਗਾ, 2320 ਰੁਪਏ ਸਰਕਾਰੀ ਰੇਟ ਆ, 1 ਰੁਪਈਆ ਵੀ ਕਿਸੇ ਦਾ ਰੇਟ ਘੱਟ ਲੱਗੂ ਮੇਰੇ ਨਾਲ ਆ ਕੇ ਸੰਪਰਕ ਕਰੇ, ਉਸ ਵੇਲੇ ਕਾਰਵਾਈ ਕਰਾਵਾਂਗੇ ਜਿਹੜਾ ਘੱਟ ਰੇਟ ਤੇ ਖਰੀਦੂਗਾ। ਪਰ ਕਿਸਾਨ ਵੀ ਵਧੀਆ ਝੋਨਾ ਵਢਾ ਕੇ ਲਿਆਵੇ ਨਾ, ਤੇ ਸਾਡੀਆਂ ਮੰਡੀਆਂ ਤੇ 2320 ਰੁਪਏ ਪਾ, 2320 ਰੁਪਏ ਝੋਨਾ ਵਿਕਿਆ। ਬਾਕੀ ਹੁਣ ਜਿਹੜਾ ਸ਼ੀਲਰ ਵਾਲਾ ਉਹ ਵੀ ਯਾਰ ਸਾਡਾ ਭਰਾ ਆ, ਕਿਸਾਨ ਵੀ ਸਾਡਾ ਭਰਾ ਆ, ਆੜਤੀਆਂ ਵੀ ਸਾਡਾ ਭਰਾ ਆ, ਹਰ ਵਰਗ ਸਾਡਾ ਆ। ਜਦੋਂ ਜ਼ਿਆਦਾ ਗਿੱਲਾ ਝੋਨਾ ਆਊਗਾ 19-20% ਮਿਕਸਚਰ ਵਾਲਾ ਜਾਂ 21 ਵਾਲਾ, ਯਾਰ ਛੇਲਰ ਵਾਲੇ ਨੇ ਵੀ ਚੌਲ ਦੇਣਾ, 100 ਕਿਲੋ ਦਾ 67 ਕਿਲੋ ਚੌਲ ਦੇਣਾ, ਤੇ ਜੇ ਜ਼ਿਆਦਾ ਮਿਕਸਚਰ ਵਾਲਾ ਆਊ ਤਾਂ ਫਿਰ ਉਹ ਚੌਲ 67 ਕਿਲੋ ਕਿੱਥੋਂ ਦਊਗਾ। ਹੁਣ ਕਈ ਵਰਾਇਟੀਆਂ ਜਿਹੜੀਆਂ ਹਾਈਬ੍ਰਿਡ ਆ ਉਹਦੇ ਤੋਂ ਵੀ ਕਈ ਛੇਲਰ ਵਾਲੇ ਕਹਿੰਦੇ ਵੀ ਇਹ ਨਹੀਂ ਵਿਕਣਾ ਉਹ ਨਹੀਂ ਵਿਕਣਾ। ਮੈਂ ਕਿਸਾਨਾਂ ਨੂੰ ਆ ਕੇ ਸਾਰੀਆਂ ਮੰਡੀਆਂ 'ਚ ਕਹਿਤਾ ਵੀ ਭਾਈ 320 ਰੁਪਏ ਰੇਟ ਲੱਗੂਗਾ, ਹਾਈਬ੍ਰਿਡ ਭਾਵੇਂ 110 ਹੋਵੇ, ਭਾਵੇਂ 73-01 ਹੋਵੇ, ਭਾਵੇਂ 126 ਹੋਵੇ, ਇੱਕ ਇੱਕ ਦਾਣਾ ਵਿਕੂ ਹਰ ਕਿਸਾਨ ਦਾ। ਕਿਸੇ ਦਾ ਦਾਣਾ ਨਹੀਂ ਰੋਣ ਦਿੱਤਾ ਜਾਊਗਾ, ਕਿਸੇ ਦਾ ਅਨਾਜ ਨਹੀਂ ਰੋਣ ਦਿੱਤਾ ਜਾਊਗਾ। ਕਿਸਾਨ ਦਾ ਫਰਜ਼ੀ ਮਿਹਨਤ ਕਰਕੇ 6 ਮਹੀਨੇ ਆਪਦੀ ਪੂੰਜੀ ਲਾ ਕੇ ਫਸਲ ਵੱਢ ਕੇ ਮੰਡੀ 'ਚ ਲਿਆਉਣਾ, ਹੁਣ ਗਾਹ ਸਾਡਾ ਫਰਜ਼ ਆ ਸਰਕਾਰ ਦਾ, ਇੰਸਪੈਕਟਰਾਂ ਦਾ, ਨਾਲ ਆੜਤੀਆਂ ਦਾ, ਨਾਲ ਛੇਲਰ ਵਾਲਿਆਂ ਦਾ, ਕਿਸਾਨ ਦੀ ਫਸਲ ਨੂੰ ਸਾਂਭਣਾ। ਇਹਦੇ 'ਚ ਚਾਲ ਹੀ ਨਰਿੰਦਰ ਮੋਦੀ ਦੀ ਬੀਜੇਪੀ ਸਰਕਾਰ ਦੀ, ਉਹ ਜਿਹੜੀ ਫਸਲ ਪਿਛਲੀ ਆ, ਪਿਛਲੇ ਸਾਲ ਦਾ ਚੌਲ ਆ ਜਾਂ ਜਿਹੜੀ ਪਿਛਲੀ ਕਣਕ ਆ, ਇਹ ਫਰਜ਼ ਹੀ ਅਗਲੀ ਫਸਲ ਆਉਣ ਤੋਂ ਪਹਿਲਾਂ ਸਪੈਸ਼ਲਾਂ ਰਾਹੀਂ ਦੂਜੀਆਂ ਸਟੇਟਾਂ ਨੂੰ ਜਾਂ ਦੂਜਿਆਂ ਦੇਸ਼ਾਂ ਨੂੰ ਭੇਜਿਆ ਜਾਂਦਾ। ਮੋਦੀ ਨੇ ਦੂਜੀਆਂ ਸਟੇਟਾਂ ਜਿਹੜੀਆਂ ਭਰਦੀਆਂ ਉਹਨਾਂ ਦਾ ਮਾਲ ਤੇ ਭੇਜਤਾ ਸਪੈਸ਼ਲਾਂ ਰਾਹੀਂ ਬਾਹਰ ਜਿੱਥੇ ਜਾਣਾ ਹੈ, ਪਰ ਜਿਹੜਾ ਪੰਜਾਬ ਦਾ ਮਾਲ ਆ ਉਹ ਕਿਉਂ ਨਹੀਂ ਭੇਜਿਆ ਦੂਜੀਆਂ ਸਟੇਟਾਂ ਨੂੰ ਜਾਂ ਦੂਜਿਆਂ ਦੇਸ਼ਾਂ ਨੂੰ? 2020 'ਚ ਜਿਹੜੇ ਕਾਲੇ ਕਾਨੂੰਨ ਬਣਾਏ ਨਰਿੰਦਰ ਮੋਦੀ ਨੇ, ਉਹਨਾਂ ਨੂੰ ਰੱਦ ਕਰਾਇਆ ਸਾਡੇ ਪੰਜਾਬੀ ਕਿਸਾਨਾਂ ਨੇ, ਸਾਡੇ ਪੰਜਾਬੀਆਂ ਨੇ, ਸਾਡੇ ਭਾਰਤੀਆਂ ਨੇ, ਪੂਰੇ ਹਰਿਆਣੇ ਵਾਲਿਆਂ ਨੇ ਉਹ ਰੱਦ ਕਰਾਏ। ਉਹ ਰੱਦ ਹੋਣ ਨਾਲ, ਕਿਉਂਕਿ ਨਰਿੰਦਰ ਮੋਦੀ ਨੇ ਕਦੀ ਹਾਰ ਨਹੀਂ ਮੰਨੀ ਪਿਛਲੇ 10-12 ਸਾਲਾਂ 'ਚ, ਜਿਹੜੀ ਇਹ ਆਰਓਈ 2020 'ਚ ਕਾਲੇ ਕਾਨੂੰਨ ਵਾਪਸ ਲੈਣੇ ਪਏ ਆ, ਸਾਡੇ ਕਿਸਾਨਾਂ ਦੇ ਅੱਗੇ ਨਹੀਂ ਝੁਕਣਾ ਪਿਆ, ਉਸੇ ਕਰਕੇ ਮਨ ਚ ਕਿਹੜ ਰੱਖਦਾ ਤੇ ਉਸੇ ਕਰਕੇ ਨੇ ਸਾਡਾ ਅਨਾਜ ਨਹੀਂ ਚੁੱਕਿਆ। ਕਈ ਕਈ ਗੋਦਾਮ ਵੀ ਭਰੇ ਪਏ ਨੇ ਤੁਹਾਡੇ ਏਰੀਏ ਦੇ। ਬਿਲਕੁਲ, ਸਾਡੇ ਇੱਥੇ ਅਸੂਮਾ ਕੰਪਨੀ ਆ, ਉਹਦੇ 'ਚ 55 ਲੱਖ ਬੋਰੀ ਲੱਗਦੀ ਆ, 55 ਲੱਖ ਤੋਂ ਅਜੇ ਸਿਰਫ 10 ਕੁ ਲੱਖ ਬੋਰੀ ਗਈ, ਅਜੇ 45 ਲੱਖ ਬੋਰੀ ਪਈ ਆ। ਇਸੇ ਤਰ੍ਹਾਂ ਹੀ ਸਾਡੇ FCI ਦੇ ਗੋਦਾਮ ਹੈ, ਹਰਕਿੰਨ ਸਕੂਲ ਲੱਗੇ, ਉਹ 2 ਗੋਦਾਮ ਆ ਵੱਡੇ ਗੋਡਾਊਨ, ਉਹ ਵੀ ਸਾਰੇ ਭਰੇ ਪਏ ਆ। ਆਸਲ ਬਿਜਲੀ ਘਰ ਦੇ ਲਾਗੇ 2 ਗੋਡਾਊਨ ਆ ਵੇਅਰ ਹਾਊਸ ਦੇ, ਉਹ ਵੀ ਸਾਰੇ ਫੁੱਲ ਭਰੇ ਪਏ ਆ। ਜੇ ਇਹ ਸਪੈਸ਼ਲਾਂ ਲੱਗੀਆਂ ਹੁੰਦੀਆਂ, ਇਹ ਗੋਡਾਊਨ ਖਾਲੀ ਹੁੰਦੇ, ਛੇਲਰ ਵਾਲਿਆਂ ਨੂੰ ਕਿਸੇ ਤਰ੍ਹਾਂ ਦਾ ਡਰ ਨਾ ਹੁੰਦਾ ਵੀ ਇਹ ਗੋਡਾਊਨ ਦੇ ਵਿੱਚ ਕੋਈ ਸਪੇਸ ਨਹੀਂ ਹੈਗੀ, ਅਸੀਂ ਕਿੱਥੇ ਲਾਵਾਂਗੇ, ਉਹਨਾਂ ਨੂੰ ਇਹੋ ਡਰ ਆ ਨਾ ਵੀ ਅੱਗੇ ਜਗ੍ਹਾ ਨਹੀਂ ਹੈਗੀ। ਜੇ ਇਹ ਜਗ੍ਹਾ ਬਣੀ ਹੁੰਦੀ, ਛੇਲਰ ਵਾਲੇ ਭੱਜ ਭੱਜ ਕੇ ਮਾਲ ਲੈ ਕੇ ਜਾਂਦੇ। ਤਨਾ ਵਾਧੂ ਆ, ਭਰਾਈ ਵਾਧੂ ਹੁੰਦਾ ਹੀ ਆ, ਪੈਸੇ ਧੜਾ ਧੜ ਕਿਸਾਨਾਂ ਦੇ ਖਾਤੇ 'ਚ 24 ਘੰਟਿਆਂ 'ਚ ਪੈ ਜਾਂਦੇ ਆ, ਮਗਰੇ ਲਿਫਟਿੰਗ ਹੁੰਦੀ ਜਾਂਦੀ ਆ, ਕਿਸੇ ਤਰ੍ਹਾਂ ਦੀ ਕਿਸੇ ਨੂੰ ਪਰੇਸ਼ਾਨੀ ਨਹੀਂ। ਬਿਲਕੁਲ, ਇਸ ਨੂੰ ਲਾਲਜੀਤ ਸਿੰਘ ਭੁੱਲਰ ਹੋਣੀ ਔਰ ਦੱਸ ਦਈਏ ਕਿ ਰਾਤ ਨੂੰ ਜਿਹੜਾ ਮੰਡੀਆਂ ਦੇ ਵਿੱਚ ਨਿਕਲੇ ਹੋਏ ਨੇ ਤਸਵੀਰਾਂ ਨੇ, ਇਸ ਤੋਂ ਪਹਿਲਾਂ ਵੀ ਕਈ ਮੰਡੀਆਂ ਜਿਹੜੀਆਂ ਚੈੱਕ ਕਰਨੀਆਂ, ਔਰ ਸਮਾਂ ਜਿਹੜਾ 11+ ਦਾ ਹੋ ਚੁੱਕਾ। ਇਸ ਵਕਤ ਵੀ ਮੰਡੀਆਂ ਦੇ ਵਿੱਚ ਜਿਹੜਾ ਹੈ ਲਿਫਟਿੰਗ ਹੈ, ਔਰ ਇਸ ਦੇ ਨਾਲ ਨਾਲ ਦੇਖਣ ਆ ਰਹੇ ਨੇ, ਕਿਸਾਨਾਂ ਨਾਲ ਗੱਲਬਾਤ ਕਰ ਰਹੇ ਨੇ ਕਿ ਕੋਈ ਪਰੇਸ਼ਾਨੀ ਦਿੱਕਤ ਅਗਰ ਉਹਨਾਂ ਨੂੰ ਆਉਂਦੀ ਹੈ ਵਿਧਾਨ ਸਭਾ ਹਲਕਾ ਪੱਟੀ ਦੇ ਵਿੱਚ ਤਾਂ ਉਸੇ ਵੇਲੇ ਹੱਲ ਵੀ ਜਿਹੜੀ ਆ ਨਾਲ ਹੀ ਕੀਤੀ ਜਾਵੇਗੀ। ਤਰਨ ਤਾਰਨ ਤੋਂ ਸਿਧਾਰਥ ਅਰੋੜਾ, ਨਿਊਜ਼ 18।